जी शर्मा जी, अगली खबर दे वल वधीए ते आपां गल करिए जिहड़ा राहुल गांधी दी जिहड़ी भारत जोड़ो यात्रा है, वो गल वक्री है भी भारत नूं जोड़ रहा है, जोड़न की कोशिश कर रहा है, पर कांग्रेस दे नाल की हो रहा है देश भर दे विच वो भी लुकया नहीं है। पर हुण उहनूं बंद करन दे केंद्र ने हुक्म दे दित्ते है, ते आड़ करोना दी फिर। प्रवीण जी, मतलब इच कोई दो राय नहीं कि कांग्रेस दा ज्यादातर भाजपा ही करण हो चुके है। भारत दी संसद दे विच भाजपा वाले पासिओं बैठे संसद मैंबरां च अद्धे तों ज्यादा कांग्रेसी खेमे चों आए हुए ने। जी देश दीआं वख-वख सूबिआं दीआं सरकारां दे विच बेशक उह भाजपा गठजोड़ सरकारां, पर उह चों ज्यादातर कई कांग्रसी ने पुराणे जां वख-वख थावां दे उत्ते जिहड़े नुमाइंदे ने, क्योंकि कोई दौर सीगा कि भारत च ज्यादातर सब तों वड्डी राष्ट्रीय पार्टी वजों कांग्रेस उभरी सी, इसलिए उस दौर च लगभग सारे शुरुआती दौर च इहदे नाल लोक जुड़े रहे ने। सो जी जी इसलिए उही लीडरशिप पीढ़ी दर पीढ़ी भी अगे वधी है। सो इत्थे भी उह खानदानी पेशा बन गया सियासत। सो इस लई उह चों निकल के अगले दूई दुकान ते चले गए। सो इस लई उह भी इक पहलू है। पर पिछले दिनां तों जद तों खास करके मतलब राहुल नूं अगे करन दी कोशिश हुई है, तद तों कांग्रेस अपने अंदर भी बहुत कमजोर हुई है, आपस च भी बहुत धड़े बने ने, ते भाजपा ने भी उहदे विच अहम भूमिका निभाई है। जी पर हुण अचानक राहुल गांधी ने एक नवां राह अख्तियार किया कि मैं पैदल यात्रा करनी है, मैं भारत जोड़ो यात्रा करनी है, ते मैं भारत नूं समझणा। मैं तां इही समझदा कि राहुल गांधी असल च हुण भारत नूं समझण लई तुरे। जी सो इस लई सवाल लीडर दा मतलब प्रवीण जी यही नहीं हुंदा कि प्रधानमंत्री बनना ही लीडर है, मुख्यमंत्री बनना ही लीडर है, चोन लड़ना ही लीडर है। सियासत अपने आप च इक सियासत है। सो जी इस लई राहुल गांधी हुण असल च सियासतदान बन गए। ਉਹ ਜਿੱਤਣ ਹਾਰਨ ਇਹ ਵੱਖਰੀ ਗੱਲ ਆ। ਉਹਨਾਂ ਨੂੰ ਭਾਰਤ ਦੇ ਵੱਖੋ ਵੱਖ ਰੰਗਾਂ ਦੀ, ਵੱਖੋ ਵੱਖ ਮੌਸਮਾਂ ਦੀ, ਵੱਖੋ ਵੱਖ ਸੱਭਿਆਚਾਰ ਦੀ, ਵੱਖੋ ਵੱਖ ਬੋਲੀ ਦੀ, ਵੱਖੋ ਵੱਖ ਤੌਰ ਤਰੀਕਿਆਂ ਦੀ, ਵੱਖੋ ਵੱਖ ਪਹਿਰਾਵਿਆਂ ਦੀ, ਵੱਖੋ ਵੱਖਰੀ ਮਨਸ਼ਾ ਦੀ, ਉਹ जी ਸਾਰੀ ਸਮਝ ਹੁਣ ਆਉਣੀ ਹੈ। ਸੋ ਇਸ ਲਈ ਇਹ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਲਈ ਸਹਾਈ ਜ਼ਰੂਰ ਹੋਊਗੀ, ਕਾਂਗਰਸ ਜੋੜਨ ਲਈ ਸਹਾਈ ਜ਼ਰੂਰ ਹੋਊਗੀ। ਭਾਰਤ ਜਦੋਂ ਜੁੜਨਾ ਉਹ ਬਹੁਤ ਦੂਰ ਦੀ ਗੱਲ ਹੈ ਜੀ, जी ਕਿ बिल्कुल ਉਹ ਉਸ ਨੂੰ ਅਮਲੀ ਜਾਮਾ ਪਹਿਨਾਉਂਦੇ ਨੇ ਜਾਂ ਨਹੀਂ, ਪਰ ਇਹ ਫਿਲਹਾਲ ਕਾਂਗਰਸ ਲਈ ਵੀ ਸਹਾਈ ਹੋਗੀ, ਰਾਹੁਲ ਲਈ ਵੀ ਸਹਾਈ ਹੋਗੀ। ਹਾਂ, ਜੇ ਇਹਨਾਂ ਲਈ ਸਹਾਈ ਹੋਗੀ ਤਾਂ ਭਾਜਪਾ ਲਈ ਖਤਰਾ ਹੋਗੀ। जी ਸੋ ਇਹ ਹੁਣ ਮੈਨੂੰ ਲੱਗ ਰਿਹਾ ਕਿ ਭਾਜਪਾ ਲਈ ਖਤਰਾ ਬਣਦੀ ਜਾ ਰਹੀ ਆ, ਕਿਉਂਕਿ ਪਹਿਲਾਂ ਜਿਹੜੇ ਖੇਤਰਾਂ ਦੇ ਵਿੱਚ ਇਹ ਯਾਤਰਾ ਸੀ ਉੱਥੇ ਹੁੰਗਾਰਾ ਵੀ ਬਹੁਤ ਮਿਲ ਰਿਹਾ ਸੀ, ਤੇ ਉੱਥੇ ਬੀਜੇਪੀ ਦਾ ਕੋਈ ਗੜ ਵੀ ਨਹੀਂ ਸੀ ਇੰਨਾ। ਸੋ ਇਸ ਲਈ ਬੀਜੇਪੀ ਲੱਗਦਾ ਸੀ ਕਿ ਕੋਈ ਨਾ ਆਪਣੇ ਮੁਹੱਲਿਆਂ 'ਚ ਫਿਰਦੇ ਨੇ ਫਿਰ ਲੈਣ, हाँ जी ਪਰ ਜਦੋਂ ਹੁਣ ਆ ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ ਇਸ ਬੈਲਟ 'ਚ ਆਏ ਜਿੱਥੇ ਬੀਜੇਪੀ ਲੱਗਦਾ ਕਿ ਸਾਡਾ ਗਲਬਾ ਹੈ ਜਾਂ ਅਸੀਂ ਗਲਬਾ ਕਰ ਲੈਣਾ ਹੈ ਜਾਂ ਸਾਡੇ ਕਬਜ਼ੇ 'ਚ ਹੈ, ਸਾਡੇ ਕਬਜ਼ੇ 'ਚ ਆ ਜਾਣਾ ਹੈ, ਤੇ ਇੱਥੇ ਸੋਸ਼ਲ ਮੀਡੀਆ ਦਾ ਜਿਹੋ ਜਿਹਾ ਪ੍ਰਚਾਰ ਪ੍ਰਸਾਰ ਹੈ, ਕਿਉਂਕਿ ਖਾਸ ਕਰ ਜਿਹੜੀ ਹਿੰਦੀ ਬੈਲਟ ਹੈ ਇਹਨਾਂ ਦੀ, ਉਸ ਬੈਲਟ 'ਚ ਬੀਜੇਪੀ ਦਾ ਜਿਵੇਂ ਸੋਸ਼ਲ ਮੀਡੀਆ ਦਾ ਪ੍ਰਚਾਰ ਪ੍ਰਸਾਰ ਹੈ, ਉੱਥੇ ਇਹਨਾਂ ਨੂੰ ਲੱਗਦਾ ਕਿ ਰਾਹੁਲ ਗਾਂਧੀ ਦੀ ਯਾਤਰਾ ਦਾ ਜੇ ਪ੍ਰਚਾਰ ਪ੍ਰਸਾਰ ਫੈਲਿਆ ਤਾਂ ਸਾਡੇ ਲਈ ਇਹ ਯਾਤਰਾ ਖਤਰਨਾਕ ਹੋ ਸਕਦੀ ਹੈ। ਸੋ ਮੈਨੂੰ ਇਹ ਲੱਗ ਰਿਹਾ ਕਿ ਹੁਣ ਇਹ ਕੋਰੋਨਾ ਦੀ ਆੜ ਦੇ ਵਿੱਚ ਇਹਨਾਂ ਨੂੰ ਰੋਕਣ ਦੀ ਕਵਾਇਦ ਹੈ, ਕਿਉਂਕਿ ਉਚੇਚੇ ਤੌਰ ਤੇ ਕੇਂਦਰੀ ਸਿਹਤ ਮੰਤਰੀ ਨੇ ਚਿੱਠੀ ਭੇਜੀ ਹੈ। जी ਉਹ ਚਿੱਠੀ ਰਾਹੁਲ ਗਾਂਧੀ ਦੇ ਨਾਂ ਤੇ ਹੈ, ਉਹ ਚਿੱਠੀ ਖੜਗੇ ਦੇ ਨਾਂ ਤੇ ਹੈ ਕਿ ਜੀ ਜਾਂ ਤਾਂ ਕੋਰੋਨਾ ਵਾਲੇ ਨਿਯਮਾਂ ਦਾ ਪਾਲਣ ਕਰ ਲਓ, ਹੈ ਨਹੀਂ ਫਿਰ ਯਾਤਰਾ ਬੰਦ ਕਰ ਦਿਓ। जी ਤੇ ਇੱਧਰ ਕਹਿੰਦੇ ਕਿ ਕਾਂਗਰਸ ਨੇ, ਰਾਹੁਲ ਗਾਂਧੀ ਨੇ ਤੈਅ ਕਰ ਲਿਆ ਕਿ ਯਾਤਰਾ ਤਾਂ ਨਹੀਂ ਰੁਕਣੀ, ਓ ਅੱਛਾ ਯਾਤਰਾ ਤਾਂ ਚੱਲੂਗੀ, ਠੀਕ ਹੈ ਨਾ। ਤੇ ਜੇ ਇੰਨਾ ਮਸਲਾ ਹੈ ਕਰੋਨਾ ਦਾ, ਤਾਂ ਪਿਛਲੇ ਦਿਨ ਚ ਤੁਹਾਡੇ ਬੀਜੇਪੀ ਦੇ ਲੀਡਰ ਰਾਜਸਥਾਨ ਚ ਯਾਤਰਾ ਕੱਢ ਕੇ ਹਟਣੇ, ਉਹਨਾਂ ਨੇ ਕਿੰਨੇ ਕੁ ਮਾਸਕ ਪਾਏ ਸੀ ਸਾਨੂੰ ਦੱਸ ਦਿਓ। ਬਿਲਕੁਲ ਜੀ ਜੀ ਹੈ, ਕਹਿੰਦੇ ਮੋਦੀ ਜੀ ਨੂੰ ਪੁੱਛਿਓ ਗੁਜਰਾਤ ਜਿੰਨੀ ਵਾਰ ਪ੍ਰਚਾਰ ਕਰਨਗੇ ਕਿੰਨਾ ਕੁ ਮਾਸਕ ਪਾ ਕੇ ਗਏ ਨੇ, ਪੁੱਛਿਓ। ਹਾਂ ਜੀ ਸੋ ਹੁਣ ਉਧਰ ਸਿਹਤ ਮੰਤਰੀ ਕਹਿੰਦੇ ਸਫਾਈ ਦੇ ਰਹੇ ਨੇ, ਉਹ ਕਹਿੰਦੇ ਨਹੀਂ 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 ਮੇਰੀ ਕੋਈ ਅਜਿਹੀ ਮਨਸ਼ਾ ਨਹੀਂ, ਮੇਰੀ ਮਨਸ਼ਾ ਤਾਂ ਫਿਕਰਮੰਦੀ ਚੋਂ ਹੈ, ਮੈਂ ਤਾਂ ਸਿਰਫ ਚੇਤਨ ਕਰ ਰਿਹਾ, ਮੈਂ ਤਾਂ ਸਿਰਫ ਧਿਆਨ ਲਵਾ ਰਿਹਾ ਕਿ ਭਾਈ, ਕਿਉਂਕਿ ਤੁਹਾਡੇ ਚੋਂ ਵੀ ਕਿੰਨੇ ਲੋਕਾਂ ਨੂੰ ਕਹਿੰਦੇ ਇਸ ਯਾਤਰਾ ਸ਼ਾਮਲ ਲੋਕਾਂ ਨੂੰ ਕਰੋਨਾ ਹੋ ਗਿਆ, ਇਸ ਜੀ ਲਈ ਕੀ ਇਹ ਕਰੋਨਾ ਦਾ ਡਰ ਹੈ ਜਾਂ ਫਿਰ ਇਹ ਕਿਤੇ ਨਾ ਕਿਤੇ ਮਤਲਬ ਕਿ ਯਾਤਰਾ ਤੋਂ ਡਰ ਲੱਗ ਰਿਹਾ ਰਾਹੁਲ ਗਾਂਧੀ? ਕਿਉਂਕਿ ਪ੍ਰਵੀਨ ਜੀ ਉਹਨਾਂ ਦਿਨਾਂ ਦੇ ਵਿੱਚ ਸ਼ਾਹੀਨ ਬਾਗ ਦਾ ਪ੍ਰਦਰਸ਼ਨ ਬੜੇ ਸਿਖਰਾਂ ਤੇ ਚਲਾ ਗਿਆ ਸੀ, ਉਹ ਜੀ ਇੱਕ ਵੱਖਰੀ ਤਰ੍ਹਾਂ ਦਾ ਮੂਵਮੈਂਟ ਬਣਦੀ ਜਾ ਰਹੀ ਸੀ, ਤੇ ਉਹ ਤੋਂ ਵੀ ਬੀਜੇਪੀ ਡਰ ਗਈ ਸੀ। ਤਦ ਵੀ ਕਿਹਾ ਜਾ ਰਿਹਾ ਕਿ ਉਸ ਸਮੇਂ ਅਚਾਨਕ ਕਰੋਨਾ ਦਾ ਆਉਣਾ ਉਸ ਅੰਦੋਲਨ ਦੀ ਇੱਕ ਲੜੀ ਜਿਹੜੀ ਬਣ ਰਹੀ ਸੀ ਉਹ ਟੁੱਟ ਗਈ, ਜੀ ਬਿਲਕੁਲ ਪਰ ਉਸੇ ਕਰੋਨਾ ਦੇ ਭਰਮ ਭੁਲੇਖਿਆਂ ਨੂੰ ਕਿਤੇ ਕਿਸਾਨ ਅੰਦੋਲਨ ਨੇ ਵੀ ਤਾਂ ਤੋੜਿਆ ਨਾ ਫਿਰ। ਤੇ ਜਦੋਂ ਸਿਖਰ ਤੇ ਸੀ ਕਰੋਨਾ, ਕਰੋਨਾ ਦੇ ਅੰਕੜੇ ਰੋਜ਼ ਇੰਨੇ ਆ ਗਏ, ਇੰਨੀਆਂ ਮੌਤਾਂ ਹੋ ਗਈਆਂ, ਤਦ ਕਿਸਾਨ ਅੰਦੋਲਨ ਦੇਸ਼ ਭਰ ਦੇ ਕਿਸਾਨ ਦਿੱਲੀ ਬਾਰਡਰਾਂ ਤੇ ਇਕੱਠੇ ਸੀ,
ਜਿੱਦਾਂ ਉੱਥੇ ਜਾ ਉੱਥੇ ਚਾਹੁੰਦੇ ਸੀ ਕਿ ਸੈਂਪਲਿੰਗ ਕਰਾਓ, ਪਰ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਜਾਂਚ ਨਹੀਂ ਕਰਾਉਣੀ। ਕੋਈ ਪਤਾ ਸੀ ਜੇ ਜਾਂਚ ਹੋਊਗੀ ਤਾਂ ਕੱਢਣਗੇ, ਕੱਢਣਗੇ ਤਾਂ ਡਰ ਪੈਦਾ ਹੋਊਗਾ, ਡਰ ਦੇ ਨਾਲ ਕੁਛ ਵੀ ਸੰਭਵ ਹੈ। ਤੇ ਇਸ ਲਈ ਉਹ ਜਿਹੜਾ ਤਹੀਆ ਸੀ, ਕੀ ਉਹ ਤਹੀਆ ਰਾਜਨੀਤਿਕ ਪਾਰਟੀਆਂ ਰੱਖ ਸਕਣਗੀਆਂ, ਕੀ ਉਹ ਦਮ ਰਾਹੁਲ ਗਾਂਧੀ ਤੇ ਉਹਦੀ ਟੀਮ ਰੱਖ ਸਕੂਗੀ, ਇਹ ਦੇਖਣ ਵਾਲੀ ਗੱਲ ਹੋਊਗੀ। ਫਿਲਹਾਲ ਰਾਜਸਥਾਨ ਦੇ ਵਿੱਚ ਬੀਜੇਪੀ ਆਪਣੀ ਥਾਂ ਭਾਲਦੀ ਆ ਤੇ ਉੱਥੇ ਚੰਗਾ ਹੁੰਗਾਰਾ ਮਿਲਿਆ ਦੀ ਯਾਤਰਾ ਨੂੰ, ਹੈ ਪਰ ਫਿਰ ਵੀ ਲੈ ਦੇਖੀਏ ਜੇ ਕਾਂਗਰਸ ਦੀ ਸਰਕਾਰ ਹੈਗੀ ਆ। ਪਰ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਤੇ ਬੀਜੇਪੀ ਦੀ ਸਰਕਾਰ ਹੁਣ ਪਿਛਲੇ ਲਗਾਤਾਰ ਜਿਵੇਂ ਦੋ ਵਾਰ ਆ ਲਈ, ਉਹ ਤੋਂ ਬਾਅਦ ਉਹਨੂੰ ਡਰ ਹੈ ਕਿ ਐਕਟੀ ਸਾਡੇ ਖਿਲਾਫ਼ ਮੁਹਿੰਮ ਉੱਠ ਸਕਦੀ ਆ, ਅੰਦੋਲਨ ਦੇ ਕਾਰਨ ਵੀ, ਜਾਟ ਅੰਦੋਲਨ ਕਾਰਨ ਵੀ, ਕਿਸਾਨ ਅੰਦੋਲਨ ਕਾਰਨ ਵੀ, ਆ ਹੋਰ ਕਿੰਨੇ ਹੀ ਪਹਿਲੂ ਨੇ ਉੱਥੇ, ਉਹਨਾਂ ਕਾਰਨ ਸਾਡੇ ਖਿਲਾਫ਼ ਮਾਹੌਲ ਜਿਹੜਾ ਉਹਨੂੰ ਕੈਸ਼ ਨਾ ਕਰ ਲਵੇ, ਕੀ ਇਸ ਲਈ ਯਾਤਰਾ ਰੋਕਣ ਦੀ ਕਵਾਇਦ ਹੈ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਕੀ ਇਹ ਕਰੋਨਾ ਦਾ ਡਰ ਹੈ ਜਾਂ ਰਾਹੁਲ ਗਾਂਧੀ ਦੀ ਯਾਤਰਾ ਤੋਂ ਜਾਂ ਕਾਂਗਰਸ ਤੋਂ ਹੁਣ ਬੀਜੇਪੀ ਨੂੰ ਡਰ ਲੱਗਣ ਲੱਗਾ। ਜੀ ਦੇਖੋ, ਰਾਹੁਲ ਗਾਂਧੀ ਭਵਿੱਖ ਦੇ ਵਿੱਚ ਕਿਹੜਾ ਸਥਾਨ ਸਾਬਿਤ ਹੁੰਦਾ ਉਹ ਤਾਂ ਇੱਕ ਵੱਖਰੀ ਗੱਲ ਹੈ ਸ਼ਰਮਾ ਜੀ, ਪਰ ਜਿਹੜੀ ਇਹ ਯਾਤਰਾ ਦੇ ਵਿੱਚ ਜਿਹੜੀ ਉਹਨੇ ਆਪਦੀ ਇਮੇਜ ਬਿਲਡ ਕੀਤੀ ਹੈ, ਬਿਲਕੁਲ ਉਹ ਇੱਕ ਵੱਖਰੀ ਤਰ੍ਹਾਂ ਦੀ ਹੈ। ਆਪਾਂ ਉਹਦੇ ਨਾਲ ਸਹਿਮਤ ਹੋਈਏ ਨਾ ਹੋਈਏ, ਆਪਾਂ ਦੇਖੋ ਜਿੱਥੇ ਗਾਂਧੀ ਆ ਜਾਂਦਾ ਉੱਥੇ ਸਹਿਮਤੀ ਨਹੀਂ ਦਿੰਦੇ ਮੋਸਟਲੀ, ਕਿਉਂਕਿ ਉਹਦੇ ਨਾਲ ਇੱਕ ਟੈਗ ਚੱਲਿਆ ਰਿਹਾ ਬਹੁਤ ਵੱਡਾ। ਬਿਲਕੁਲ ਇਹ ਜ਼ਰੂਰ ਹੈ ਕਿ ਜਿੱਥੇ ਜਦੋਂ ਹਕੂਮਤ ਦੀਆਂ ਕਿਸੇ ਸੱਤਾ ਦੀਆਂ ਜੜ੍ਹਾਂ ਹਿੱਲ ਜਾਣ ਤਾਂ ਸਮਝ ਲਓ ਵੀ ਉਹ ਕੰਮ ਪ੍ਰਭਾਵਿਤ ਹੈ। ਬਿਲਕੁਲ